ਹੈਲੋ ਦੋਸਤੋ, ਡਿਜੀਟਲ ਕਲਾਸਰੂਮ 'ਚ ਤੁਹਾਡਾ ਸਵਾਗਤ ਹੈ ਅਤੇ ਇਸ ਵੀਡੀਓ ਲੈਸਨ ਦੇ ਵਿੱਚ ਮੈਂ ਤੁਹਾਡੇ ਲਈ ਲੈ ਕੇ ਆਇਆ ਇੱਕ ਬਹੁਤ ਹੀ ਵਧੀਆ ਟੋਪਿਕ ਜੋ ਕਿ ਤੁਹਾਡੇ ਲਈ ਕਾਫੀ ਜ਼ਿਆਦਾ ਹੈਲਪਫੁੱਲ ਹੋਊਗਾ ਜੇਕਰ ਤੁਸੀਂ ਪੰਜਾਬ ਦੇ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ। ਤਾਂ ਇਸ ਟੋਪਿਕ ਦਾ ਨਾਮ ਹੈ ਫਸਟ ਇਨ ਇੰਡੀਆ। ਤਾਂ ਇਸ ਲੈਸਨ ਦੇ ਵਿੱਚ ਆਪਾਂ ਪੜ੍ਹਨ ਜਾ ਰਹੇ ਹਾਂ ਕਿ ਕਿਹੜੀ ਚੀਜ਼ ਕਿਹੜੇ ਪਰਸਨ ਨੇ ਸਭ ਤੋਂ ਪਹਿਲਾਂ ਕੀਤੀ ਇੰਡੀਆ ਦੇ ਵਿੱਚ। ਤਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਮੈਂ PPSC ਸੀਨੀਅਰ ਅਸਿਸਟੈਂਟ ਐਗਜ਼ਾਮ ਦੀ ਤਿਆਰੀ ਕਰਾ ਰਿਹਾ ਫ੍ਰੀ ਆਫ ਕੋਸਟ ਅਨਅਕੈਡਮੀ ਦੇ ਪਲੇਟਫਾਰਮ ਦੇ ਉੱਤੇ। ਤਾਂ ਅਨਅਕੈਡਮੀ ਐਪ ਤੁਸੀਂ ਪਲੇ ਸਟੋਰ ਦੇ ਵਿੱਚੋਂ ਡਾਊਨਲੋਡ ਕਰਕੇ ਮੈਨੂੰ ਉੱਥੇ ਫੋਲੋ ਕਰ ਸਕਦੇ ਹੋ। ਮੇਰਾ ਨਾਮ ਹੈ ਅਮਦੀਪ ਗਰਗ, ਠੀਕ ਹੈ। ਇਸ ਤੋਂ ਇਲਾਵਾ ਜੋ ਉਸਦਾ ਲਿੰਕ ਹੈ ਮੈਂ ਤੁਹਾਨੂੰ ਪ੍ਰੋਵਾਈਡ ਕਰਵਾ ਦੂੰਗਾ ਇਸ ਵੀਡੀਓ ਲੈਸਨ ਦੇ ਡਿਸਕ੍ਰਿਪਸ਼ਨ ਦੇ ਵਿੱਚ, ਠੀਕ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਪੰਜਾਬ ਦੇ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ, ਤੁਸੀਂ ਫ੍ਰੀ ਨੋਟਸ ਚਾਹੁੰਦੇ ਹੋ ਜਾਂ ਪ੍ਰੀਵੀਅਸ ਈਅਰ ਪੇਪਰ ਚਾਹੁੰਦੇ ਹੋ, ਤਾਂ ਤੁਸੀਂ ਮੈਨੂੰ ਵਟਸਐਪ ਗਰੁੱਪ ਦੇ ਉੱਤੇ ਮੈਨੂੰ ਜੁਆਇਨ ਕਰ ਸਕਦੇ ਹੋ। ਉੱਥੇ ਮੈਂ ਜਿੰਨੀ ਵੀ ਇਨਫੋਰਮੇਸ਼ਨਲ ਵੀਡੀਓਜ਼ ਹੁੰਦੀਆਂ ਉਹਨਾਂ ਦੇ ਲਿੰਕ ਅਤੇ ਜਿੰਨੀਆਂ ਵੀ PDF ਫਾਈਲਸ ਹੁੰਦੀਆਂ ਉਹ ਸਾਰੀਆਂ ਉੱਥੇ ਪ੍ਰੋਵਾਈਡ ਕਰਾਉਣਾ ਰਹੇ ਨੇ, ਠੀਕ ਹੈ। ਤਾਂ ਤੁਸੀਂ ਉਸ ਗਰੁੱਪ ਨੂੰ ਜਾ ਕੇ ਜੁਆਇਨ ਕਰ ਸਕਦੇ ਹੋ। ਉਸਦਾ ਜੋ ਲਿੰਕ ਹੈ ਤੁਹਾਨੂੰ ਡਿਸਕ੍ਰਿਪਸ਼ਨ ਪਲੱਸ ਕਮੈਂਟ ਬਾਕਸ ਦੇ ਵਿੱਚ ਮਿਲ ਜਾਊਗਾ। ਹੁਣ ਆਪਾਂ ਇਸ ਲੈਸਨ ਨੂੰ ਸ਼ੁਰੂ ਕਰਦੇ ਹਾਂ। ਤਾਂ ਫਸਟ ਬ੍ਰਿਟਿਸ਼ ਗਵਰਨਰ ਜਨਰਲ ਆਫ ਬੰਗਾਲ, ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜਦੋਂ ਜੋ ਬੰਗਾਲ ਹੈ ਬੰਗਾਲ ਦੇ ਉੱਪਰ ਕੰਟਰੋਲ ਈਸਟ ਇੰਡੀਆ ਕੰਪਨੀ ਦਾ ਹੋ ਗਿਆ ਸੀ, ਤਾਂ ਉਹਨਾਂ ਨੇ ਇੱਕ ਟਾਈਟਲ ਰੱਖਿਆ ਸੀ ਜਿਹਦਾ ਨਾਮ ਸੀ ਗਵਰਨਰ ਜਨਰਲ ਆਫ ਬੰਗਾਲ। ਤਾਂ ਪਹਿਲੇ ਗਵਰਨਰ ਜਨਰਲ ਆਫ ਬੰਗਾਲ ਕੌਣ ਬਣਦੇ ਆ? ਤਾਂ ਉਹ ਬਣਦੇ ਆ ਵਾਰਨ ਹੈਸਟਿੰਗ, ਠੀਕ ਹੈ। ਈਸਟ ਇੰਡੀਆ ਕੰਪਨੀ ਦਾ ਕੰਟਰੋਲ ਹੈ ਬੰਗਾਲ ਤੋਂ ਪੂਰੇ ਭਾਰਤ ਦੇ ਉੱਪਰ ਹੋ ਗਿਆ, ਤਾਂ ਇਸ ਪੋਸਟ ਦਾ ਨਾਮ ਹੋ ਗਿਆ ਗਵਰਨਰ ਜਨਰਲ ਆਫ ਇੰਡੀਆ, ਠੀਕ ਹੈ। ਉਸੇ ਤਰ੍ਹਾਂ ਜਦੋਂ ਈਸਟ ਇੰਡੀਆ ਕੰਪਨੀ ਤੋਂ ਇਹ ਜੋ ਪਾਵਰ ਆ ਇਹ ਸਿੱਧਾ ਬ੍ਰਿਟਿਸ਼ ਕਰਾਊਨ ਦੇ ਅੰਡਰ ਦੇ ਵਿੱਚ ਚਲੀ ਗਈ, ਤਾਂ ਇਸ ਪੋਸਟ ਦਾ ਨਾਮ ਹੋ ਗਿਆ ਵਾਈਸ ਰੋਏ, ਠੀਕ ਹੈ। ਪਰ ਜਦੋਂ ਆਪਣਾ ਭਾਰਤ ਆਜ਼ਾਦ ਹੋਇਆ ਇਸ ਪੋਸਟ ਦਾ ਨਾਮ ਫਿਰ ਕੀ ਹੋ ਗਿਆ? ਗਵਰਨਰ ਜਨਰਲ ਆਫ ਇੰਡੀਆ ਹੋ ਗਿਆ, ਠੀਕ ਹੈ। ਤਾਂ ਫ੍ਰੀ ਇੰਡੀਆ ਦਾ ਪਹਿਲਾ ਗਵਰਨਰ ਜਨਰਲ ਆਫ ਗਵਰਨਰ ਜਨਰਲ ਕੌਣ ਬਣਦਾ? ਤਾਂ ਉਹ ਬਣਦਾ ਲੋਰਡ ਮਾਊਂਟਬੈਟਨ। ਤਾਂ ਇਹੀ ਉਹ ਪਰਸਨ ਹੁੰਦਾ ਜਿਹਦੇ ਕਰਕੇ ਇੰਡੀਆ ਦੀ ਕੀ ਹੁੰਦੀ ਹੈ, ਪਾਰਟੀਸ਼ਨ ਹੁੰਦੀ ਹੈ। ਤਾਂ ਇਹ ਜਿਹੜਾ ਪਲੈਨ ਲੈ ਕੇ ਆਉਂਦਾ ਹੁੰਦਾ ਉਸ ਨੂੰ ਆਪਾਂ ਕਹਿੰਦੇ ਹਾਂ ਮਾਊਂਟਬੈਟਨ ਪਲੈਨ। ਤਾਂ ਇਹ ਵੀ ਚੀਜ਼ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ। ਫਸਟ ਵਾਈਸ ਰੋਏ ਆਫ ਇੰਡੀਆ ਕੌਣ ਬਣਦੇ ਆ? ਤਾਂ ਉਹ ਬਣਦੇ ਆ ਲੋਰਡ ਕੈਨਿੰਗ। ਤਾਂ ਇਹ ਵੀ ਚੀਜ਼ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ, ਇੰਪੋਰਟੈਂਟ ਆ। ਫਸਟ ਇੰਡੀਅਨ ਗਵਰਨਰ ਜਨਰਲ ਕੌਣ ਨੇ? ਤਾਂ ਇੰਡੀਆ ਦੇ ਇੰਡੀਆ ਦੁਆਰਾ ਮਤਲਬ ਕਿ ਜੋ ਇਹ ਫਸਟ ਬ੍ਰਿਟਿਸ਼ ਗਵਰਨਰ ਜਨਰਲ ਆਫ ਫ੍ਰੀ ਇੰਡੀਆ ਸੀਗੇ, ਬ੍ਰਿਟਿਸ਼ ਦੇ ਸੀਗੇ, ਠੀਕ ਹੈ, ਇੰਗਲੈਂਡ ਦੇ ਸੀਗੇ। ਉਸ ਤੋਂ ਬਾਅਦ ਕੀ ਹੁੰਦਾ ਆਪਣੇ ਇੰਡੀਆ ਦਾ ਇੱਕ ਪਰਸਨ ਕੀ ਚੁਣਿਆ ਜਾਂਦਾ? ਗਵਰਨਰ ਜਨਰਲ ਚੁਣਿਆ ਜਾਂਦਾ ਹੁੰਦਾ। ਉਸਦਾ ਨਾਮ ਕੀ ਹੈ? ਤਾਂ ਉਸਦਾ ਨਾਮ ਹੈ ਰਾਜਗੋਪਾਲ ਆਚਾਰੇ, ਠੀਕ ਹੈ। ਇਸ ਤੋਂ ਬਾਅਦ ਜੋ ਇਹ ਪੋਸਟ ਹੁੰਦੀ ਹੈ ਇਸ ਨੂੰ ਖਾਰਿਜ ਕਰ ਦਿੱਤਾ ਜਾਂਦਾ, ਖਤਮ ਕਰ ਦਿੱਤਾ ਜਾਂਦਾ, ਠੀਕ ਹੈ। ਤਾਂ ਇਹ ਲਾਸਟ ਗਵਰਨਰ ਜਨਰਲ ਆਫ ਇੰਡੀਆ ਬਣਦੇ ਆ। ਤਾਂ ਇਹ ਵੀ ਜੋ ਕੁਸ਼ਚਨ ਹੈ ਡਾਇਰੈਕਟ ਐਗਜ਼ਾਮ ਦੇ ਵਿੱਚ ਪੁੱਛ ਲਿਆ ਜਾਂਦਾ, ਤਾਂ ਤੁਸੀਂ ਇਹ ਵੀ ਧਿਆਨ ਦੇ ਵਿੱਚ ਰੱਖਣਾ, ਇੰਪੋਰਟੈਂਟ ਬਣਦਾ, ਠੀਕ ਹੈ। ਤਾਂ ਨੈਕਸਟ ਕੁਸ਼ਚਨ ਕੀ ਹੈ? ਤਾਂ ਨੈਕਸਟ ਕੁਸ਼ਚਨ ਹੈ ਫਸਟ ਇੰਡੀਅਨ ਟੂ ਗੈਟ ਨੋਬਲ ਪ੍ਰਾਈਜ਼। ਤਾਂ ਨੋਬਲ ਪ੍ਰਾਈਜ਼ ਵਿਜੇਤਾ ਜਿਹੜੇ ਕਿ ਇੰਡੀਆ ਦੇ ਪਹਿਲੇ ਬਣਦੇ ਆ ਉਹਨਾਂ ਦਾ ਨਾਮ ਕੀ ਹੈ? ਤਾਂ ਉਹਨਾਂ ਦਾ ਨਾਮ ਹੈ ਰਵਿੰਦਰ ਨਾਥ ਟੈਗੋਰ, ਠੀਕ ਹੈ। ਤਾਂ ਇਹਨਾਂ ਦਾ ਨਾਮ ਤੁਸੀਂ ਧਿਆਨ ਦੇ ਵਿੱਚ ਰੱਖਣਾ, ਬਹੁਤ ਹੀ ਫੇਮਸ ਪਰਸਨੈਲਿਟੀ ਹੈ। ਇਹਨਾਂ ਦੁਆਰਾ ਆਪਣਾ ਜੋ ਭਾਰਤ ਦਾ ਨੈਸ਼ਨਲ ਐਂਥਮ ਆ ਉਹ ਲਿਖਿਆ ਗਿਆ, ਤਾਂ ਉਸਦਾ ਨਾਮ ਕੀ ਹੈ? ਜਨ ਗਣ ਮਨ, ਠੀਕ ਹੈ। ਇਹ ਵੀ ਚੀਜ਼ ਤੁਸੀਂ ਧਿਆਨ ਦੇ ਵਿੱਚ ਰੱਖਣੀ। ਇਸ ਤੋਂ ਇਲਾਵਾ ਜੋ ਬੰਗਾਲ ਦਾ ਨੈਸ਼ਨਲ ਐਂਥਮ ਹੈ ਉਹ ਵੀ ਇਹਨਾਂ ਦੁਆਰਾ ਹੀ ਲਿਖਿਆ ਗਿਆ, ਇਹ ਵੀ ਤੁਸੀਂ ਚੀਜ਼ ਧਿਆਨ ਦੇ ਵਿੱਚ ਰੱਖਣੀ ਹੈ। ਫਸਟ ਇੰਡੀਅਨ ਟੂ ਗੈਟ ਅ ਨੋਬਲ ਪ੍ਰਾਈਜ਼ ਇਨ ਫਿਜ਼ਿਕਸ। ਤਾਂ ਫਿਜ਼ਿਕਸ ਦੇ ਵਿੱਚ ਪਹਿਲੇ ਜੋ ਨੋਬਲ ਪ੍ਰਾਈਜ਼ ਵਿਜੇਤਾ ਸੀਗੇ ਇੰਡੀਆ ਦੇ ਉਹ ਕੌਣ ਸੀਗੇ? ਤਾਂ ਉਹਨਾਂ ਦਾ ਨਾਮ ਹੈ CV ਰਮਨ। ਤਾਂ ਇਹਨਾਂ ਨੇ ਰਮਨ ਸਕੈਟਰਿੰਗ ਦੀ ਖੋਜ ਕੀਤੀ ਸੀ, ਜਿਹਨਾਂ ਕਰਕੇ ਇਹਨਾਂ ਨੂੰ ਨੋਬਲ ਪ੍ਰਾਈਜ਼ ਮਿਲਿਆ ਸੀ। ਤਾਂ ਇਹ ਵੀ ਚੀਜ਼ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ। ਕਈ ਵਾਰ ਡਾਇਰੈਕਟ ਪੁੱਛ ਲੈਂਦੇ ਆ ਕਿ CV ਰਮਨ ਨੂੰ ਅਵਾਰਡ ਕਿਸ ਚੀਜ਼ ਕਰਕੇ ਮਿਲਿਆ ਸੀ? ਤਾਂ ਇਹਨਾਂ ਨੂੰ ਮਿਲਿਆ ਸੀ ਰਮਨ ਸਪੈਕਟਰਾ ਦੀ, ਰਮਨ ਸਕੈਟਰਿੰਗ ਦੀ ਖੋਜ ਕਰਕੇ, ਠੀਕ ਹੈ। ਉਸ ਤੋਂ ਬਾਅਦ ਫਸਟ ਐਜੂਕੇਸ਼ਨਲ ਮਿਨਿਸਟਰ, ਤਾਂ ਭਾਰਤ ਦੇ ਪਹਿਲੇ ਐਜੂਕੇਸ਼ਨ ਮਿਨਿਸਟਰ ਕੌਣ ਬਣਦੇ ਆ? ਤਾਂ ਉਹਨਾਂ ਦਾ ਨਾਮ ਹੈ ਐਮ ਅਬਦੁਲ ਕਲਾਮ ਆਜ਼ਾਦ। ਤਾਂ ਇਹਨਾਂ ਦਾ ਨਾਮ ਤੁਸੀਂ ਧਿਆਨ ਦੇ ਵਿੱਚ ਰੱਖਣਾ, ਇੰਪੋਰਟੈਂਟ ਬਣਦਾ। ਕਈ ਵਾਰ ਡਾਇਰੈਕਟ ਇਹ ਜੋ ਕੁਸ਼ਚਨ ਹੈ ਐਗਜ਼ਾਮ ਦੇ ਵਿੱਚ ਆਪਾਂ ਨੂੰ ਵੇਖਣ ਨੂੰ ਮਿਲਦਾ ਹੈ। ਫਸਟ ਗਵਰਨਰ ਆਫ RBI, ਤਾਂ RBI ਦੇ ਪਹਿਲੇ ਗਵਰਨਰ ਕੌਣ ਸੀ? ਤਾਂ ਉਹਨਾਂ ਦਾ ਨਾਮ ਹੈ ਔਸਬੋਰਨ ਸਮਿਥ, ਠੀਕ ਹੈ। ਤਾਂ ਇਹ ਵੀ ਚੀਜ਼ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ। ਤਾਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਤੁਸੀਂ ਦੱਸਣਾ ਕਿ ਇਸ ਵੇਲੇ ਗਵਰਨਰ ਆਫ RBI ਕੌਣ ਨੇ? ਤਾਂ ਜਲਦੀ ਦੱਸੋ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ। ਫਸਟ ਚੀਫ ਜਸਟਿਸ ਆਫ ਇੰਡੀਆ, ਤਾਂ ਇੰਡੀਆ ਦੇ ਪਹਿਲੇ ਚੀਫ ਜਸਟਿਸ ਕੌਣ ਸੀ? ਤਾਂ ਉਹਨਾਂ ਦਾ ਨਾਮ ਸੀਗਾ ਜਸਟਿਸ HL ਕਨਈਆ, ਠੀਕ ਹੈ। ਤਾਂ ਪੰਜਾਬ ਦੇ ਐਗਜ਼ਾਮ ਦੇ ਵਿੱਚ ਇਹ ਕਾਫੀ ਵਾਰ ਰਿਪੀਟ ਹੋਇਆ ਕੁਸ਼ਚਨ ਹੈ, ਤੁਸੀਂ ਧਿਆਨ ਦੇ ਵਿੱਚ ਰੱਖਣਾ ਇੰਪੋਰਟੈਂਟ ਬਣਦਾ ਹੈ। ਉਸ ਤੋਂ ਬਾਅਦ ਫਸਟ ਪ੍ਰੈਜੀਡੈਂਟ ਆਫ ਕਾਂਗਰਸ, ਤਾਂ ਕਾਂਗਰਸ ਦੇ ਪਹਿਲੇ ਪ੍ਰੈਜੀਡੈਂਟ ਦਾ ਨਾਮ ਕੀ ਸੀ? ਤਾਂ ਉਹਨਾਂ ਦਾ ਨਾਮ ਸੀ WC ਬੈਨਰਜੀ। ਕਈ ਵਾਰ ਕੁਸ਼ਚਨ ਪੁੱਛਿਆ ਜਾਂਦਾ ਕਿ ਕਾਂਗਰਸ ਦੇ ਫਾਊਂਡਰ ਕੌਣ ਸੀ? ਤਾਂ ਫਾਊਂਡਰ ਸੀਗੇ AO ਹਿਊਮ, ਠੀਕ ਹੈ। ਤਾਂ ਇਹ ਵੀ ਚੀਜ਼ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ। ਕਈ ਵਾਰ ਪੁੱਛ ਲਿਆ ਜਾਂਦਾ ਕਿ ਕਾਂਗਰਸ ਦੇ ਪਹਿਲੇ ਮਹਿਲਾ ਜੋ ਕਿ ਪ੍ਰੈਜੀਡੈਂਟ ਬਣੇ ਉਹਨਾਂ ਦਾ ਨਾਮ ਕੀ ਹੈ? ਤਾਂ ਉਹਨਾਂ ਦਾ ਨਾਮ ਕੀ ਹੈ? ਐਨੀ ਬੇਸੰਤ। ਤਾਂ ਉਹਨਾਂ ਦਾ ਨਾਮ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ, ਇੱਥੇ ਕੁਸ਼ਚਨ ਆਲਰੇਡੀ ਹੈਗਾ। ਤਾਂ ਫਸਟ ਵੂਮੈਨ ਪ੍ਰੈਜੀਡੈਂਟ ਆਫ ਕਾਂਗਰਸ, ਤਾਂ ਉਹਨਾਂ ਦਾ ਨਾਮ ਕੀ ਹੈ? ਐਨੀ ਬੇਸੰਤ। ਤਾਂ ਇਹਨਾਂ ਦਾ ਨਾਮ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ। ਫਸਟ ਇੰਡੀਅਨ ਵੂਮੈਨ ਗਵਰਨਰ, ਤਾਂ ਕਿਹੜੀ ਪਹਿਲੀ ਮਹਿਲਾ
ਇਹਨਾਂ ਦਾ ਨਾਮ ਤੁਸੀਂ ਧਿਆਨ ਦੇ ਵਿੱਚ ਰੱਖਣਾ, ਫਸਟ ਲਾਅ ਮਿਨਿਸਟਰ ਆਫ ਇੰਡੀਆ। ਇੱਕ ਹੋਰ ਕੁਐਸਚਨ ਵਾਰ ਵਾਰ ਰਿਪੀਟ ਹੁੰਦਾ ਜਿਹਦਾ ਨਾਮ ਹੈ ਡਰਾਫਟਿੰਗ ਕਮੇਟੀ ਦੇ ਹੈੱਡ ਕੌਣ ਸੀ, ਤਾਂ ਡਰਾਫਟਿੰਗ ਕਮੇਟੀ ਦੇ ਹੈੱਡ ਸੀਗੇ ਡਾਕਟਰ ਬੀ ਆਰ ਅੰਬੇਦਕਰ। ਫਸਟ ਚੀਫ ਇਲੈਕਸ਼ਨ ਕਮਿਸ਼ਨਰ ਕੌਣ ਸੀ, ਤਾਂ ਭਾਰਤ ਦੇ ਪਹਿਲੇ ਚੀਫ ਇਲੈਕਸ਼ਨ ਕਮਿਸ਼ਨਰ ਕੌਣ ਸੀ, ਤਾਂ ਉਹਨਾਂ ਦਾ ਨਾਮ ਸੀਗਾ ਸੂ ਕੁਮਾਰ ਸੇਨ। ਠੀਕ ਹੈ, ਤਾਂ ਇਸ ਵੇਲੇ ਜੋ ਆਪਣੀ ਇਲੈਕਸ਼ਨ ਕਮਿਸ਼ਨਰ ਹੈ ਉਹਨਾਂ ਦਾ ਨਾਮ ਕੀ ਹੈ, ਤਾਂ ਉਹਨਾਂ ਦਾ ਨਾਮ ਹੈ ਸੁਨੀਲ ਅਰੋੜਾ। ਇਹਨਾਂ ਦਾ ਨਾਮ ਤੁਸੀਂ ਧਿਆਨ ਦੇ ਵਿੱਚ ਰੱਖਣਾ, ਕਿਤੇ ਨਾ ਕਿਤੇ ਇੰਪੋਰਟੈਂਟ ਬਣਦਾ ਕਿਉਂਕਿ ਇਹਨਾਂ ਦੀ ਜੋ ਨਿਯੁਕਤੀ ਹੈ ਇਹ ਰੀਸੈਂਟਲੀ ਹੋਈ ਹੈ। ਠੀਕ ਹੈ, ਤਾਂ ਫਸਟ ਕਮਾਂਡਰ ਇਨ ਚੀਫ ਕੌਣ ਸੀਗੇ, ਤਾਂ ਫਸਟ ਕਮਾਂਡਰ ਇਨ ਚੀਫ ਸੀਗੇ ਜਰਨਲ ਕੜੀਅੱਪਾ। ਠੀਕ ਹੈ, ਇਹਨਾਂ ਦਾ ਨਾਮ ਤੁਸੀਂ ਧਿਆਨ ਦੇ ਵਿੱਚ ਰੱਖਣਾ। ਫਸਟ ਵੂਮੈਨ ਚੀਫ ਮਿਨਿਸਟਰ ਕੌਣ ਸੀਗੇ, ਪਹਿਲੀ ਮਹਿਲਾ ਚੀਫ ਮਿਨਿਸਟਰ ਕੌਣ ਸੀਗੇ ਜੋ ਕਿਸੇ ਵੀ ਸਟੇਟ ਦੇ ਸੀ ਐੱਮ ਬਣੇ ਸੀਗੇ, ਤਾਂ ਉਹਨਾਂ ਦਾ ਨਾਮ ਹੈ ਸੁਚੇਤਾ ਕਿਰਪਲਾਨੀ। ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸਣਾ ਕਿ ਕਿਹੜੀ ਜਗ੍ਹਾ ਤੋਂ ਇਹ ਸੀ ਐੱਮ ਬਣੇ ਸੀਗੇ, ਕਿਹੜੀ ਸਟੇਟ ਦੇ ਸੀ ਐੱਮ ਬਣੇ ਸੀਗੇ। ਫਸਟ ਵੂਮੈਨ ਟੂ ਕਰੋਸ ਇੰਗਲਿਸ਼ ਚੈਨਲ, ਤਾਂ ਇੰਗਲਿਸ਼ ਚੈਨਲ ਕਰੋਸ ਕਰਨ ਵਾਲੀ ਪਹਿਲੀ ਮਹਿਲਾ ਕੌਣ ਸੀ, ਤਾਂ ਉਹਨਾਂ ਦਾ ਨਾਮ ਹੈ ਆਰਤੀ ਸਾਹਾ। ਇਹ ਜੋ ਕੁਐਸਚਨ ਆ ਕਾਫੀ ਜ਼ਿਆਦਾ ਇੰਪੋਰਟੈਂਟ ਆ, ਇਹ ਵੀ ਅਤੇ ਇਹ ਵੀ। ਠੀਕ ਹੈ, ਤਾਂ ਫਸਟ ਮੈਨ ਟੂ ਕਰੋਸ ਇੰਗਲਿਸ਼ ਚੈਨਲ, ਤਾਂ ਇੰਗਲਿਸ਼ ਚੈਨਲ ਕਰੋਸ ਕਰਨ ਵਾਲੇ ਪਹਿਲੇ ਪਰਸਨ ਕੌਣ ਸੀਗੇ, ਤਾਂ ਉਹਨਾਂ ਦਾ ਨਾਮ ਹੈ ਮਿਹਰ ਸੇਨ। ਉਸ ਤੋਂ ਬਾਅਦ ਅਗਲਾ ਕੁਐਸਚਨ ਹੈ ਫਸਟ ਇੰਡੀਅਨ ਟਾਕੀ ਫਿਲਮ, ਤਾਂ ਇੰਡੀਆ ਦੀ ਜੋ ਪਹਿਲੀ ਟਾਕੀ ਫਿਲਮ ਸੀ ਉਸਦਾ ਨਾਮ ਕੀ ਹੈ, ਤਾਂ ਉਸਦਾ ਨਾਮ ਹੈ ਆਲਮ ਆਰਾ। ਠੀਕ ਹੈ, ਇੰਪੋਰਟੈਂਟ ਆ। ਫਸਟ ਟਾਈਮ ਨੈਸ਼ਨਲ ਐਂਥਮ ਕਦੋਂ ਗਾਇਆ ਗਿਆ, ਤਾਂ ਫਸਟ ਟਾਈਮ ਜੋ ਨੈਸ਼ਨਲ ਐਂਥਮ ਆ ਉਹ ਗਾਇਆ ਗਿਆ ਕਲਕੱਤਾ ਸੈਸ਼ਨ ਦੇ ਵਿੱਚ 1911 ਦੇ ਵਿੱਚ। ਠੀਕ ਹੈ, ਕਲਕੱਤਾ ਦੇ ਸੈਸ਼ਨ 1911 ਦੇ ਵਿੱਚ ਜੋ ਨੈਸ਼ਨਲ ਐਂਥਮ ਹੈ ਪਹਿਲੀ ਵਾਰ ਗਾਇਆ ਗਿਆ ਸੀਗਾ। ਫਸਟ ਟਾਈਮ ਨੈਸ਼ਨਲ ਸੌਂਗ ਕਦੋਂ ਗਾਇਆ ਗਿਆ, ਤਾਂ ਇਹ ਗਾਇਆ ਗਿਆ ਕਲਕੱਤਾ 1896 ਦੇ ਵਿੱਚ, ਕਲਕੱਤਾ ਸੈਸ਼ਨ ਦੇ ਵਿੱਚ 1896। ਠੀਕ ਹੈ, ਤਾਂ ਇਹ ਕੁਐਸਚਨ ਇੰਪੋਰਟੈਂਟ ਬਣਦੇ ਸੀਗੇ। ਤਾਂ ਹੁਣ ਆਪਾਂ ਨੈਕਸਟ ਕੁਐਸਚਨ ਵੇਖਦੇ ਹਾਂ, ਤਾਂ ਨੈਕਸਟ ਕੁਐਸਚਨ ਕੀ ਹੈ, ਫਸਟ ਟਾਈਮ ਕੋਨਸਟੀਟਿਊਸ਼ਨਲ ਅਮੈਂਡਮੈਂਟ ਕਦੋਂ ਹੋਈ ਆ, ਤਾਂ ਸਭ ਤੋਂ ਪਹਿਲਾਂ ਜੋ ਆਪਣਾ ਸੰਵਿਧਾਨ ਹੈ ਉਸ ਨੂੰ ਅਮੈਂਡ ਕਦੋਂ ਕੀਤਾ ਗਿਆ, ਉਸ ਦੇ ਵਿੱਚ ਚੇਂਜ ਜਾਂ ਕੋਈ ਨਵੀਂ ਚੀਜ਼ ਕਦੋਂ ਐਡ ਕੀਤੀ ਗਈ ਹੈ, ਤਾਂ ਉਹ ਐਡ ਕੀਤੀ ਗਈ ਹੈ 1951 ਦੇ ਵਿੱਚ। ਠੀਕ ਹੈ, ਅਮੈਂਡਮੈਂਟ ਕੀਤੀ ਗਈ, ਤਾਂ 1951 ਇਹਦਾ ਰਾਈਟ ਆਂਸਰ ਬਸ ਬਣਦਾ। ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਫਸਟ ਬਜਟ ਪ੍ਰੈਜੈਂਟਡ ਬਾਏ, ਤਾਂ ਜੋ ਆਪਣੇ ਭਾਰਤ ਦਾ ਪਹਿਲਾ ਬਜਟ ਹੈ ਉਹ ਕਦੋਂ ਪ੍ਰੈਜੈਂਟ ਕੀਤਾ ਗਿਆ, ਤਾਂ ਉਹ ਪ੍ਰੈਜੈਂਟ ਕੀਤਾ ਗਿਆ ਕਿਹਦੇ ਦੁਆਰਾ, ਪ੍ਰੈਜੈਂਟ ਕੀਤਾ ਗਿਆ, ਤਾਂ ਉਹ ਪ੍ਰੈਜੈਂਟ ਕੀਤਾ ਗਿਆ ਆਰ ਕੇ ਐੱਸ ਚੈਟੀ ਜੀ ਦੇ ਦੁਆਰਾ। ਠੀਕ ਹੈ, ਕਿਹਨਾਂ ਦੁਆਰਾ ਪ੍ਰੈਜੀਡੈਂਟ ਕੀਤਾ ਗਿਆ ਸੀ, ਆਰ ਕੇ ਐੱਸ ਚੈਟੀ ਜੀ ਦੇ ਦੁਆਰਾ। ਤਾਂ ਹੁਣ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸਣਾ ਕਿ 2019 ਦਾ ਜੋ ਬਜਟ ਸੀਗਾ ਇਹ ਕਿਹਨਾਂ ਦੁਆਰਾ ਅਨਾਊਂਸ ਕੀਤਾ ਗਿਆ ਸੀਗਾ। ਠੀਕ ਹੈ, ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਕਿਉਂਕਿ ਅਰੁਣ ਜੇਟਲੀ ਜੋ ਸੀਗੇ ਉਹ ਉਹਨਾਂ ਦੇ ਬਿਹਾਫ 'ਤੇ ਇੱਕ ਹੋਰ ਜੋ ਮਿਨਿਸਟਰ ਸੀਗੇ ਉਹਨਾਂ ਨੇ ਫਾਈਨੈਂਸ ਮਿਨਿਸਟਰ ਦਾ ਰੋਲ ਅਦਾ ਕੀਤਾ ਸੀ, ਤਾਂ ਉਹਨਾਂ ਦਾ ਨਾਮ ਜੋ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸਣਾ ਹੈ। ਤਾਂ ਫਸਟ ਸਟੇਟ ਔਨ ਲਿੰਗੁਇਸਟਿਕ ਬੇਸਿਸ, ਤਾਂ ਭਾਸ਼ਾ ਦੇ ਆਧਾਰ 'ਤੇ ਬਣਨ ਵਾਲੀ ਪਹਿਲੀ ਜੋ ਸਟੇਟ ਹੈ ਉਸਦਾ ਨਾਮ ਕੀ ਹੈ, ਤਾਂ ਉਸਦਾ ਨਾਮ ਹੈ ਆਂਧਰਾ ਪ੍ਰਦੇਸ਼। ਮੋਸਟ ਇੰਪੋਰਟੈਂਟ ਕੁਐਸਚਨ ਆ, ਕਿਤੇ ਨਾ ਕਿਤੇ ਇੰਪੋਰਟੈਂਟ ਬਣਦਾ ਹੈ। ਠੀਕ ਹੈ, ਇਸ ਤੋਂ ਇਲਾਵਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਪੰਜਾਬੀ ਸੂਬਾ ਮੂਵਮੈਂਟ ਜੋ ਹੈ ਪੰਜਾਬ ਦੇ ਵਿੱਚ ਚੱਲਿਆ ਸੀਗਾ 1960 ਦੇ ਦਸ਼ਕ ਦੇ ਵਿੱਚ, ਜਿਹਦੇ ਕਰਕੇ ਜੋ ਪੰਜਾਬ ਹੈ ਉਹ ਬਣਿਆ ਸੀਗਾ 1966 ਦੇ ਵਿੱਚ ਜਾ ਕੇ। ਇਸੇ ਕਰਕੇ ਆਪਾਂ ਜੋ 1 ਨਵੰਬਰ ਹੈ 1 ਨਵੰਬਰ ਹੈ ਉਸ ਨੂੰ ਪੰਜਾਬ ਡੇ ਦੇ ਤੌਰ 'ਤੇ ਮਨਾਉਂਦੇ ਆ। ਠੀਕ ਹੈ, ਤਾਂ ਇਹ ਵੀ ਚੀਜ਼ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ। ਇਸ ਤੋਂ ਇਲਾਵਾ ਤੁਸੀਂ ਇਹ ਵੀ ਚੀਜ਼ ਧਿਆਨ ਦੇ ਵਿੱਚ ਰੱਖਣੀ ਹੈ ਕਿ ਪੰਜਾਬ ਜੋ ਹੈ ਇਹਦੇ ਵਿੱਚੋਂ ਕਿਹੜੀ ਸਟੇਟ ਅਲੱਗ ਹੁੰਦੀ ਹੈ, ਉਸ ਵੇਲੇ 1966 ਦੇ ਵਿੱਚ ਤਾਂ ਹਰਿਆਣਾ ਅਲੱਗ ਹੁੰਦੀ ਹੈ। ਠੀਕ ਹੈ, ਤਾਂ ਇਹ ਵੀ ਚੀਜ਼ ਇੰਪੋਰਟੈਂਟ ਬਣਦੀ ਸੀ। ਤਾਂ ਕੁਛ ਹੋਰ ਜੋ ਗੱਲਾਂ ਹੈ ਉਹ ਆਪਾਂ ਨੈਕਸਟ ਵੀਡੀਓ ਲੈਸਨ ਦੇ ਵਿੱਚ ਕਵਰ ਕਰਾਂਗੇ। ਤਾਂ ਇਸ ਵੀਡੀਓ ਲੈਸਨ ਦੇ ਵਿੱਚ ਆਪਾਂ ਇੰਨੀਆਂ ਹੀ ਗੱਲਾਂ ਡਿਸਕਸ ਕਰਨੀਆਂ ਸੀ। ਇਸ ਤੋਂ ਇਲਾਵਾ ਮੈਂ ਤੁਹਾਨੂੰ ਫਿਰ ਦੱਸਦਾ ਕਿ ਆਪਣਾ ਜੋ PPSC ਸੀਨੀਅਰ ਅਸਿਸਟੈਂਟ ਐਗਜ਼ਾਮ ਦੀ ਤਿਆਰੀ ਉਹ ਅਨਅਕੈਡਮੀ ਦੀ ਐਪ ਦੇ ਉੱਪਰ ਚੱਲ ਰਹੀ ਹੈ, ਅਤੇ ਤੁਸੀਂ ਉਸ ਨੂੰ ਜਾ ਕੇ ਅਨਅਕੈਡਮੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ ਪਲੇ ਸਟੋਰ ਦੇ ਵਿੱਚ ਜਾ ਕੇ। ਠੀਕ ਹੈ, ਅਤੇ ਉੱਥੇ ਤੁਹਾਨੂੰ ਮੇਰੇ ਜਿੰਨੇ ਵੀ ਲੈਸਨਸ ਆ ਉਹ ਮਿਲ ਜਾਣਗੇ ਫਰੀ ਆਫ ਕੋਸਟ, ਤੁਹਾਨੂੰ 1 ਵੀ ਰੁਪਿਆ ਪੇ ਨਹੀਂ ਕਰਨਾ ਪਊਗਾ। ਠੀਕ ਹੈ, ਤਾਂ ਉੱਥੇ ਜਾਓ ਅਤੇ ਤੁਸੀਂ ਉੱਥੇ ਮੇਰੇ ਜੋ ਲੈਸਨਸ ਆ ਉਹ ਵੇਖ ਸਕਦੇ ਹੋ। ਕਰੰਟ ਅਫੇਅਰ 'ਤੇ ਇੱਕ ਸੀਰੀਜ਼ ਚੱਲ ਰਹੀ ਹੈ, ਇਸ ਤੋਂ ਇਲਾਵਾ ਰੀਜ਼ਨਿੰਗ ਦੇ ਟੋਪਿਕ ਮੈਂ ਉੱਥੇ ਕਵਰ ਕਰ ਰਿਹਾ। ਸਭ ਤੋਂ ਜੋ ਬੈਸਟ ਲੈਸਨਸ ਨੇ ਉਹ ਹੈਗੇ ਪ੍ਰੀਵੀਅਸ ਈਅਰ ਰੀਜ਼ਨਿੰਗ ਕੁਐਸਚਨਸ, ਜਿਹਦੇ ਵਿੱਚ ਮੈਂ ਪਜ਼ਲਸ ਬਹੁਤ ਹੀ ਵਧੀਆ ਬਹੁਤ ਹੀ ਡਿਫੀਕਲਟ ਅਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉੱਥੇ ਸਮਝਾਈ ਹੈ। ਠੀਕ ਹੈ, ਤਾਂ ਤੁਸੀਂ ਉਸ ਨੂੰ ਜਾ ਕੇ ਜੁਆਇਨ ਕਰਨਾ, ਅਤੇ ਮੇਨ ਜੋ ਚੀਜ਼ ਆ ਤੁਸੀਂ ਮੈਨੂੰ ਮੇਰੇ ਵਟਸਐਪ ਗਰੁੱਪ 'ਤੇ ਵੀ ਜੁਆਇਨ ਕਰ ਸਕਦੇ ਹੋ। ਠੀਕ ਹੈ, ਤਾਂ ਵਟਸਐਪ ਗਰੁੱਪ ਦਾ ਲਿੰਕ ਜੋ ਹੈ ਤੁਹਾਨੂੰ ਪ੍ਰੋਵਾਈਡ ਹੋ ਜਾਊਗਾ। ਇਸ ਤੋਂ ਇਲਾਵਾ ਯੂਟਿਊਬ ਚੈਨਲ 'ਤੇ ਵੀ ਮੈਂ ਰੈਗੂਲਰਲੀ ਜੋ ਵੀਡੀਓਜ਼ ਆ ਉਹ ਅਪਡੇਟ ਕਰਦਾ ਰਹੂੰਗਾ, ਤਾਂ ਯੂਟਿਊਬ ਚੈਨਲ ਨੂੰ ਵੀ ਤੁਸੀਂ ਮੇਰੀ ਸਬਸਕ੍ਰਾਈਬ ਕਰਕੇ ਮੈਨੂੰ ਫੋਲੋ ਕਰ ਸਕਦੇ ਹੋ। ਠੀਕ ਹੈ, ਤਾਂ ਹੁਣ ਆਪਾਂ ਮਿਲਦੇ ਹਾਂ ਫਿਰ ਨੈਕਸਟ ਵੀਡੀਓ ਲੈਸਨ ਦੇ ਵਿੱਚ, ਜਿਹਦੇ ਵਿੱਚ ਆਪਾਂ ਹੋਰ ਵਧੀਆ ਜੋ ਲੈਸਨਸ ਆ ਉਹ ਕਵਰ ਕਰਾਂਗੇ। ਤਾਂ ਫਿਰ ਮਿਲਦੇ ਹਾਂ, ਥੈਂਕ ਯੂ।